ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਰਾਮਾ, ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹੈਗਾ ਅਮਨਦੀਪ ਸਿੰਘ ਹੁਣੀ ਹੁਸ਼ਿਆਰਪੁਰ ਬੂਥਗੜ੍ਹ ਤੋਂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਮਨਦੀਪ ਜੀ ਹੁਸ਼ਿਆਰਪੁਰ ਰਹਿ ਰਹੇ ਹੋ? ਹਾਂਜੀ ਹਾਂਜੀ। ਅਮਨਦੀਪ ਜੀ, ਸਭ ਤੋਂ ਪਹਿਲਾਂ ਸਾਡੇ ਵੀਡੀਓ ਦੇਖ ਰਿਹਾ ਦਰਸ਼ਕਾਂ ਨੂੰ ਦੱਸੋ ਵੀ ਤੁਹਾਨੂੰ ਇਹ ਬੈਕ ਪ੍ਰੋਬਲਮ ਕਿੱਦਾਂ ਆਈ ਸੀ ਜੀ? ਇਹ ਸਰ ਮੈਂ ਵੇਟ ਚੁੱਕ ਲਿਆ ਸੀਗਾ ਅੱਛਾ ਜੀ, ਤੇ ਉਹਦੇ ਨਾਲ ਇਹ ਪ੍ਰੋਬਲਮ ਆਈ ਸੀਗੀ। ਅੱਛਾ, ਵੇਟ ਚੱਕਿਆ ਸੀ ਉਦੋਂ ਪ੍ਰੋਬਲਮ ਆਈ ਸੀ। ਹਾਂਜੀ, ਇਹਦਾ 2 ਕੁ ਮਹੀਨੇ ਬਾਅਦ ਪਤਾ ਲੱਗਾ ਸੀਗਾ ਮੈਨੂੰ। 2 ਮਹੀਨੇ ਬਾਅਦ ਦਿੱਕਤ ਹਾਂਜੀ ਆਈ। ਹਾਂਜੀ, ਹੌਲੀ ਹੌਲੀ। ਠੀਕ ਹੈ ਜੀ, ਕੀ ਲੱਗਦਾ ਸੀ ਉੱਠਣ ਬੈਠਣ ਚੱਲਣ 'ਚ ਹਾਂਜੀ ਕਾਫੀ ਤਕਲੀਫ ਦਿੱਕਤ ਹੁੰਦੀ ਆਉਂਦੀ ਸੀ। ਹੈ? ਹਾਂਜੀ ਹਾਂਜੀ। ਅੱਛਾ, ਹੁਣ ਤੁਸੀਂ ਇਹ ਦੱਸੋ ਵੀ ਹੁਣ ਵਧੀਆ ਕੰਮ ਕਰ ਲੈਂਦੇ ਹੋ? ਹਾਂਜੀ ਹਾਂਜੀ। ਕੋਈ ਉੱਠਣ ਬੈਠਣ ਚੁੱਕਣ 'ਚ ਕੋਈ ਨਹੀਂ ਦਿੱਕਤ ਸਰ, ਤਾਂ ਨਹੀਂ ਨਹੀਂ ਚੁੱਕ ਲੈਂਦੇ ਹੋ ਪੂਰੀ ਹਾਂਜੀ ਤਰ੍ਹਾਂ? ਹਾਂਜੀ। ਠੀਕ ਹੈ ਜੀ। ਅੱਛਾ, ਇਹ ਦੱਸੋ ਵੀ ਜਿਹੜੇ ਹੋਰ ਮਰੀਜ਼ਾਂ ਨੂੰ ਇਹ ਸਲਿੱਪਰ ਡਿਸਕ ਬੈਕ ਪ੍ਰੋਬਲਮ ਆਈ ਹੋਈ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਵੀਡੀਓ ਦੇਖ ਰਿਹਾ ਦਰਸ਼ਕਾਂ ਨੂੰ? ਮੈਂ ਇਹੀ ਕਹੂੰਗਾ ਜੀ, ਜਿੱਦਾਂ ਮਤਲਬ ਸਹੀ ਇਲਾਜ ਚੱਲਦਾ ਇੱਥੇ, ਜੀ ਤੁਸੀਂ ਇੱਕ ਵਾਰੀ ਡਾਕਟਰ ਰਾਮਾ ਨੂੰ ਮਿਲੋ, ਜੀ ਵਧੀਆ ਟ੍ਰੀਟਮੈਂਟ ਚੱਲਦਾ ਇਹਨਾਂ ਦਾ। ਜੀ ਜੀ ਹਾਂਜੀ, ਇਲਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂਜੀ ਹੋ ਹਾਂਜੀ ਜੀ? ਹਾਂਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਅਮਨਦੀਪ ਜੀ, ਤੁਸੀਂ ਸਾਡੇ ਵੀਡੀਓ ਦੇਖ ਰਹੇ ਦਰਸ਼ਕਾਂ ਨੂੰ ਕੀਮਤੀ ਜਾਣਕਾਰੀ ਦਿੱਤੀ ਆ, ਹਾਂਜੀ ਬਹੁਤ ਹਾਂਜੀ, ਬਹੁਤ ਤੁਹਾਡਾ ਧੰਨਵਾਦ ਜੀ, ਠੀਕ ਥੈਂਕ ਯੂ ਜੀ।